4 ਅਕਤੂਬਰ 1992 ਨੂੰ ਝਬਾਲ ਥਾਣੇ ਦੀ ਪੁਲਿਸ ਝਬਾਲ ਦੇ ਇੱਕ ਪਿੰਡ ਦੇ ਵਿੱਚ ਪਹੁੰਚਦੀ ਹੈ। ਉਹ ਘਰ ਹੁੰਦਾ ਬਲਵਿੰਦਰ ਸਿੰਘ ਦਾ। ਬਲਵਿੰਦਰ ਸਿੰਘ ਘਰ ਦੇ ਵਿੱਚ ਮੌਜੂਦ ਨਹੀਂ ਹੁੰਦਾ ਤਾਂ ਇਹ ਪੁਲਿਸ ਪਾਰਟੀ ਜਿਹਦੀ ਅਗਵਾਈ DSP ਅਸ਼ੋਕ ਕੁਮਾਰ ਅਤੇ SHO ਅਮਰਜੀਤ ਸਿੰਘ ਕਰ ਰਹੇ ਹੁੰਦੇ ਆ, ਇਹ ਬਲਵਿੰਦਰ ਸਿੰਘ ਦੀ ਮਾਤਾ ਗੁਰਬਚਨ ਕੌਰ ਅਤੇ ਇਹਨਾਂ ਦੀ ਪਤਨੀ ਰਾਜਵੰਤ ਕੌਰ ਨੂੰ ਚੁੱਕ ਕੇ ਝਬਾਲ ਥਾਣੇ ਵਿੱਚ ਲੈ ਜਾਂਦੇ ਆ। ਉੱਥੇ ਜਾ ਕੇ ਇਹਨਾਂ ਕੋਲੋਂ ਸਖਤੀ ਨਾਲ ਪੁੱਛਦੇ ਆ ਕਿ ਬਲਵਿੰਦਰ ਸਿੰਘ ਕਿੱਥੇ ਆ। ਇਹ ਦੱਸਦੇ ਆ ਕਿ ਬਲਵਿੰਦਰ ਸਿੰਘ ਤਾਂ ਪਿੰਡ ਦੇ ਵਿੱਚ ਹੀ ਹੈਗਾ, ਤੁਸੀਂ ਸਾਨੂੰ ਕਿਉਂ ਚੁੱਕ ਕੇ ਲਿਆਏ ਹੋ, ਨਾਲੇ ਸਾਨੂੰ ਇਹ ਦੱਸੋ ਵੀ ਬਲਵਿੰਦਰ ਸਿੰਘ ਦਾ ਜੁਰਮ ਕੀ ਆ। ਸ਼ਾਮ ਨੂੰ ਕਰੀਬ 6:30 ਪੁਲਿਸ ਪਾਰਟੀ ਰਾਜਵੰਤ ਕੌਰ ਨੂੰ ਲੈ ਕੇ ਇੱਕ ਵਾਰ ਫਿਰ ਜਿਹੜੇ ਆ ਬਲਵਿੰਦਰ ਸਿੰਘ ਦੇ ਘਰ ਪਹੁੰਚਦੀ ਆ। ਉੱਥੋਂ ਬਲਵਿੰਦਰ ਸਿੰਘ ਨੂੰ ਅਰੈਸਟ ਕਰ ਲਿਆ ਜਾਂਦਾ। ਹੁਣ ਇਹਨਾਂ ਤਿੰਨਾਂ ਜਾਣਿਆਂ ਨੂੰ ਜਿਹੜਾ ਝਬਾਲ ਥਾਣੇ ਦੇ ਵਿੱਚ ਰੱਖਿਆ ਜਾਂਦਾ। ਕਰੀਬ 4 ਬਾਅਦ ਯਾਨੀ ਕਿ 8 ਅਕਤੂਬਰ ਨੂੰ ਗੁਰਬਚਨ ਕੌਰ ਜਿਹੜੇ ਬਲਵਿੰਦਰ ਸਿੰਘ ਦੇ ਮਾਤਾ ਜੀ ਹੈ ਉਹਨਾਂ ਨੂੰ ਪੁਲਿਸ ਰਿਹਾ ਕਰ ਦਿੰਦੀ ਹੈ, ਉਹਨਾਂ ਨੂੰ ਘਰ ਭੇਜ ਦਿੰਦੀ ਹੈ। ਔਰ ਕਰੀਬ ਹੋਰ 4 ਬਾਅਦ ਯਾਨੀ ਕਿ 8 ਬਾਅਦ ਕਰੀਬ 12 ਅਕਤੂਬਰ ਨੂੰ ਜਿਹੜਾ ਉਹ ਰਾਜਵੰਤ ਕੌਰ ਨੂੰ ਵੀ ਛੱਡ ਦਿੱਤਾ ਜਾਂਦਾ। ਫਿਰ ਇਹ ਜਦੋਂ ਨੂੰਹ ਸੱਸ ਇਕੱਠੀਆਂ ਹੁੰਦੀਆਂ ਇਹ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਦੇ ਆ ਕਿ ਬਲਵਿੰਦਰ ਸਿੰਘ ਨੂੰ ਵੀ ਨਜਾਇਜ਼ ਹਿਰਾਸਤ ਦੇ ਵਿੱਚ ਰੱਖਿਆ ਗਿਆ, ਕਿਉਂਕਿ ਉਸ ਵਕਤ 1992 ਦੇ ਵਿੱਚ ਜਿਹੜਾ ਸਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਕਾਲਾ ਦੌਰ ਚੱਲ ਰਿਹਾ ਸੀ, ਪੁਲਿਸ ਵਾਲੇ ਨੌਜਵਾਨਾਂ ਦੇ ਫੇਕ ਐਨਕਾਊਂਟਰਸ ਕਰ ਰਹੇ ਸੀਗੇ, ਸਿਰਫ ਇਸ ਕਰਕੇ ਵੀ ਸਾਡੇ ਮੋਢਿਆਂ ਦੇ ਉੱਤੇ ਜਿਹੜੇ ਸਤਾਰ ਲੱਗੇ ਆ, ਜਿਹੜੇ ਸਿਤਾਰੇ ਲੱਗੇ ਆ, ਉਹਨਾਂ ਦੀ ਕਤਾਰ ਜਿਹੜੀ ਆ ਉਹ ਲੰਮੀ ਹੋ ਸਕੇ। ਪਰਿਵਾਰ ਜਿਹੜਾ ਪਹੁੰਚ ਕਰਦਾ ਵੀ ਸਾਡੇ ਬੱਚੇ ਨੂੰ ਛੱਡ ਦਿਓ, ਥਾਣੇ ਪਹੁੰਚਦੇ ਆ ਤਾਂ ਪਤਾ ਲੱਗਦਾ ਕਹਿੰਦੇ ਬਲਵਿੰਦਰ ਸਿੰਘ ਨੂੰ ਤਾਂ ਫਿਰੋਜ਼ਪੁਰ ਥਾਣੇ ਵਾਲੇ ਲੈ ਕੇ ਚੁੱਕ ਕੇ, ਸਾਡੇ ਕੋਲ ਤਾਂ ਬਲਵਿੰਦਰ ਸਿੰਘ ਹੈ ਹੀ ਨਹੀਂ। ਲਗਭਗ 15 ਬਾਅਦ ਦੱਸਦੇ ਆ ਕਿ ਬਲਵਿੰਦਰ ਸਿੰਘ ਨੂੰ ਤਾਂ ਫਿਰੋਜ਼ਪੁਰ ਵਾਲੇ ਲੈ ਗਏ। ਇਹ ਪਰਿਵਾਰ ਕਿਸੇ ਤਰੀਕੇ ਫਿਰੋਜ਼ਪੁਰ ਪਹੁੰਚਦਾ, ਉੱਥੇ CI ਸਟਾਫ 'ਚ ਜਾਂਦਾ ਤਾਂ ਪਤਾ ਲੱਗਦਾ ਕਿ CI ਸਟਾਫ ਕਦੀ ਤਰਨ ਤਾਰਨ ਦੇ ਥਾਣੇ ਝਬਾਲ ਦੇ ਵਿੱਚ ਗਿਆ ਹੀ ਨਹੀਂ। ਪਰਿਵਾਰ ਹੋਰ ਪਰੇਸ਼ਾਨ ਹੋ ਜਾਂਦਾ, ਉਹ ਕਹਿੰਦੇ ਵੀ ਸਾਨੂੰ ਝਬਾਲ ਥਾਣੇ ਦੇ SHO ਅਮਰਜੀਤ ਨੇ ਦੱਸਿਆ ਕਿ ਬਲਵਿੰਦਰ ਸਿੰਘ ਨੂੰ ਫਿਰੋਜ਼ਪੁਰ ਪੁਲਿਸ ਲੈ ਗਈ ਹੈ। CI ਸਟਾਫ ਵਾਲੇ ਕਹਿੰਦੇ ਆ ਵੀ ਤੁਸੀਂ ਬਾਕੀ ਥਾਣਿਆਂ 'ਚ ਪਤਾ ਕਰ ਲਓ, ਸਾਡੇ ਕੋਲ ਤਾਂ ਅਸੀਂ ਤਾਂ ਲਿਆਂਦਾ ਨਹੀਂ ਕਿਸੇ ਨੂੰ। ਪਰਿਵਾਰ ਫਿਰੋਜ਼ਪੁਰ ਦੇ ਸਾਰੇ ਥਾਣਿਆਂ ਤੱਕ ਪਹੁੰਚ ਕਰਦਾ ਤਾਂ ਪਤਾ ਇਹੀ ਲੱਗਦਾ ਹੈ ਕਿ ਫਿਰੋਜ਼ਪੁਰ ਪੁਲਿਸ ਜਿਹੜੀ ਹੈ ਪਿਛਲੇ 15-20 ਦਿਨਾਂ ਤੋਂ ਜਿਹੜਾ ਉਹ ਤਰਨ ਤਾਰਨ ਦੇ ਕਿਸੇ ਥਾਣੇ 'ਚ ਗਈ ਨਹੀਂ, ਉੱਥੋਂ ਕੋਈ ਬੰਦਾ ਲਿਆਂਦਾ ਹੀ ਨਹੀਂ। ਪਰਿਵਾਰ ਨੂੰ ਇਹ ਤਾਂ ਪਤਾ ਹੀ ਸੀਗਾ ਕਿ ਪੰਜਾਬ ਦੇ ਵਿੱਚ ਹਾਲਾਤ ਕੀ ਨੇ, ਪਰਿਵਾਰ ਫਿਕਰਮੰਦ ਹੋ ਜਾਂਦਾ। ਕਰਦੇ ਕਰਾਉਂਦਿਆਂ ਪਰਿਵਾਰ ਜਿਹੜਾ ਇਹ ਅਦਾਲਤ ਦੇ ਵਿੱਚ ਪਹੁੰਚਦਾ। ਜਦੋਂ ਅਦਾਲਤ ਦੇ ਵਿੱਚ 1995 ਦੇ ਵਿੱਚ ਕਰੀਬ ਲਗਭਗ 2.5-3 ਬਾਅਦ ਪਰਿਵਾਰ ਜਿਹੜਾ ਉੱਥੇ ਮਾਨਯੋਗ ਹਾਈਕੋਰਟ ਪਹੁੰਚਦਾ ਤਾਂ ਹਾਈਕੋਰਟ ਕਹਿੰਦਾ ਕਿ ਤੁਸੀਂ ਇੱਕ ਨਾ ਐਪਲੀਕੇਸ਼ਨ ਦਿਓ ਸ਼ਿਕਾਇਤ ਦੀ ਪੁਲਿਸ ਦੇ ਖਿਲਾਫ। ਇਸੇ ਦੌਰਾਨ ਮਾਨਯੋਗ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਆ ਜਾਂਦੀ ਹੈ ਕਿ ਜਿਹੜੀਆਂ ਕਿਲਿੰਗਸ ਹੋਈਆਂ ਪੰਜਾਬ ਦੇ ਵਿੱਚ, ਜਿਹੜੀਆਂ ਅਲੈਜਡ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ ਵੀ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ, ਉਹਦੇ ਮੁਤਲਕ ਇੱਕ ਕੇਸ ਜਿਹੜਾ CBI ਨੂੰ ਸੌਂਪ ਦਿੱਤਾ ਜਾਂਦਾ ਕਿ ਇਹਦੇ ਬਾਰੇ ਤਫਤੀਸ਼ ਕਰੋ। ਹੁਣ 1995 ਤੋਂ ਇਸ ਕੇਸ ਦੀ ਜਿਹੜੀ ਤਫਤੀਸ਼ ਹੈ ਇਹ ਸ਼ੁਰੂ ਹੋ ਜਾਂਦੀ ਹੈ, CBI ਇਹਦੀ ਤਫਤੀਸ਼ ਸ਼ੁਰੂ ਕਰ ਦਿੰਦੀ ਹੈ। 1997 ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬਲਵਿੰਦਰ ਸਿੰਘ ਜਿਹੜਾ ਸੀਗਾ ਉਹਦਾ ਤਾਂ ਮਰਡਰ ਕਰ ਦਿੱਤਾ ਗਿਆ, ਉਹ ਤਾਂ ਇਸ ਦੁਨੀਆ ਦੇ ਵਿੱਚ ਹੁਣ ਹੈ ਹੀ ਨਹੀਂ। ਹੁਣ ਇਸ ਕਹਾਣੀ ਦੇ ਵਿੱਚ ਮੋੜ ਕਦੋਂ ਆਉਂਦਾ ਕਿ ਜਿਹੜਾ SHO ਅਮਰਜੀਤ ਸਿੰਘ ਇਹ ਕਹਿ ਰਿਹਾ ਸੀਗਾ ਕਿ ਇਹਨੂੰ ਤਾਂ ਫਿਰੋਜ਼ਪੁਰ ਥਾਣੇ ਵਾਲੇ ਫੜ ਕੇ ਲੈ ਗਏ, ਸਾਡੇ ਕੋਲ ਤਾਂ ਇਹ ਬੰਦਾ ਹੈ ਹੀ ਨਹੀਂ, ਇਹਨੂੰ ਸਰਕਾਰ ਤਰੱਕੀਆਂ ਦੇ ਰਹੀ ਹੁੰਦੀ ਹੈ। ਔਰ 2002 ਦੇ ਵਿੱਚ ਪੰਜਾਬ ਪੁਲਿਸ ਜਿਹੜੀ ਹੈ ਇਸ ਸਾਰੇ ਮਾਮਲੇ ਦੇ ਉੱਤੇ ਸਟੇ ਲੈਣ ਤੋਂ ਕਾਮਯਾਬ ਹੋ ਜਾਂਦੀ ਹੈ। 2022 ਤੱਕ ਇਸ ਮਾਮਲੇ ਦੇ ਉੱਤੇ ਇੱਕ ਸਟੇ ਜਿਹੜੀ ਹੈ ਉਹ ਲਗਾ ਦਿੱਤੀ ਜਾਂਦੀ ਹੈ। ਇਸੇ ਦੌਰਾਨ DSP ਜਿਹੜਾ ਉਸ ਵਕਤ DSP ਸੀ ਅਸ਼ੋਕ ਕੁਮਾਰ, ਉਹਦੀ ਮੌਤ ਹੋ ਜਾਂਦੀ ਹੈ ਅਤੇ ਜਿਹੜਾ SHO ਅਮਰਜੀਤ ਸਿੰਘ ਸੀ ਯਾਨੀ ਕਿ ਸਬ ਇੰਸਪੈਕਟਰ ਅਮਰਜੀਤ, ਇਹ ਤਰੱਕੀਆਂ ਪਾ ਕੇ ਬਣ ਜਾਂਦਾ SP।
ਹੁਣ ਤੁਸੀਂ ਦੇਖੋ, ਇੱਕ ਪਾਸੇ ਪੰਜਾਬ ਦੇ ਵਿੱਚ ਸਰਕਾਰਾਂ ਬਦਲਦੀਆਂ ਰਹੀਆਂ, ਬਣਦੀਆਂ ਰਹੀਆਂ, ਤੇ ਸਰਕਾਰਾਂ ਦੇ ਮੁੱਦੇ ਕੀ ਰਹੇ ਕਿ ਜਿਨ੍ਹਾਂ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ, ਜਿਨ੍ਹਾਂ ਬੇਕਸੂਰੇ ਨੌਜਵਾਨਾਂ ਨੂੰ ਮਾਰਿਆ ਗਿਆ, ਅਸੀਂ ਉਹਨਾਂ ਦਾ ਇਨਸਾਫ ਲਵਾਂਗੇ, ਤੇ ਦੂਜੇ ਪਾਸੇ ਉਹਨਾਂ ਅਫਸਰਾਂ ਨੂੰ ਤਰੱਕੀਆਂ ਦਿੰਦੇ ਰਹੇ ਜਿਨ੍ਹਾਂ ਨੇ ਇਹਨਾਂ ਨੌਜਵਾਨਾਂ ਦਾ ਕਤਲ ਕੀਤਾ। ਇਸ ਕੇਸ ਦੇ ਵਿੱਚ ਕੁੱਲ 31 ਗਵਾਹ ਸੀ, ਜਿਨ੍ਹਾਂ ਚੋਂ 13 ਗਵਾਹ ਹੀ ਇਸ ਕੇਸ ਦੇ ਵਿੱਚ ਭੁਗਤੇ। ਪਰ ਤੁਸੀਂ ਇੱਕ ਹਾਲਾਤ ਦੇਖੋ, ਇੱਕ ਪਰਿਵਾਰ ਜਿਨ੍ਹਾਂ ਦਾ ਜੀ ਸੰਨ 1992 ਤੋਂ ਪੁਲਿਸ ਨੇ ਚੁੱਕ ਲਿਆ, ਉੱਗ ਸੁੱਗ ਹੀ ਨਹੀਂ ਦਿੱਸੀ ਵੀ ਕਿਉਂ ਚੁੱਕਿਆ, ਕਿਹੜੇ ਕੇਸ 'ਚ ਚੁੱਕਿਆ, ਉਹਦਾ ਕਤਲ ਕਰ ਦਿੱਤਾ ਗਿਆ, ਉਹ ਮਾਤਾ ਦੇ ਕੀ ਹਾਲਾਤ ਹੋਣਗੇ, ਉਸ ਪਤਨੀ ਦੇ ਕੀ ਹਾਲਾਤ ਹੋਣਗੇ ਜਿਹਦੇ ਕੋਲ ਉਸ ਵਕਤ 3 ਬੱਚੇ ਸੀਗੇ, 2 ਮੁੰਡੇ ਅਤੇ 1 ਬੇਟੀ, ਉਹ ਦਰ ਦਰ ਭਟਕ ਰਹੇ ਆ ਇਨਸਾਫ ਵਾਸਤੇ, ਅਤੇ ਇਨਸਾਫ ਮਿਲਣ ਦੀ ਬਜਾਏ ਉਹਨਾਂ ਅਫਸਰਾਂ ਨੂੰ ਸਰਕਾਰਾਂ ਤਰੱਕੀਆਂ ਦਿੰਦੀਆਂ ਰਹੀਆਂ ਜਿਨ੍ਹਾਂ ਦੇ ਉੱਤੇ ਸੰਨ 1996 ਦੇ ਵਿੱਚ ਜਦੋਂ ਸਟੇਟਮੈਂਟ ਆ ਗਈ, ਜਦੋਂ ਸਟੇਟਮੈਂਟ ਪ੍ਰੋਡਿਊਸ ਹੋਈ ਕਿ ਇਹਨਾਂ ਬੰਦਿਆਂ ਨੇ ਅਗਵਾਹ ਕੀਤਾ ਅਤੇ ਬਾਅਦ 'ਚੋਂ ਕਿਲਿੰਗ ਹੋ ਗਈ। ਜਦੋਂ ਮੇਰੀ ਇਸ ਮਾਮਲੇ ਦੇ ਵਿੱਚ ਰਾਜਵੰਤ ਕੌਰ ਹੋਣਾ ਨਾਲ ਗੱਲ ਹੋਈ, ਨਾਲ ਦੀ ਨਾਲ ਜਿਹੜੇ ਵਕੀਲ ਸਰਬਜੀਤ ਸਿੰਘ ਵੇਰਕਾ, ਜਿਹੜੇ ਹਿਊਮਨ ਰਾਈਟਸ ਦੇ ਵਕੀਲ ਆ, ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਬਲਵਿੰਦਰ ਸਿੰਘ ਦਾ ਮਰਡਰ ਤਾਂ ਦੀਵਾਲੀ ਤੋਂ 1 ਦਿਨ ਪਹਿਲਾਂ ਹੀ ਕਰ ਦਿੱਤਾ ਗਿਆ, ਯਾਨੀ ਕਿ 92 ਦੇ ਵਿੱਚ ਕਰੀਬ, ਜੇ 4 ਅਕਤੂਬਰ ਨੂੰ ਚੁੱਕਿਆ ਤਾਂ 20-25 ਦਿਨਾਂ ਬਾਅਦ ਦੀਵਾਲੀ ਸੀਗੀ, ਤਾਂ ਨਵੰਬਰ ਦੇ ਪਹਿਲੇ ਹਫ਼ਤੇ ਆਪਾਂ ਮੰਨ ਲਈਏ ਉਹਦਾ ਤਾਂ ਕਤਲ ਕਰ ਦਿੱਤਾ ਗਿਆ, ਪਰ ਇਹ ਗੱਲ ਪਰਿਵਾਰ ਨੂੰ ਕਦੋਂ ਪਤਾ ਲੱਗਦੀ ਆ? ਸੰਨ 1996 ਦੇ ਵਿੱਚ। ਕੇਸ ਚੱਲਦਾ 2002 ਤੋਂ ਲੈ ਕੇ 2022 ਤੱਕ ਸਟੇ ਆ ਜਾਂਦੀ ਹੈ। ਹੁਣ ਇਸ ਕੇਸ ਦੇ ਵਿੱਚ 2024 ਦੇ ਵਿੱਚ ਕਰੀਬ 32 ਸਾਲ ਬਾਅਦ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਿਆ, ਜਿੱਥੇ CBI ਕੋਰਟ ਨੇ ਇਸ SHO ਅਮਰਜੀਤ, ਜਿਹੜਾ ਹੁਣ SP ਰਿਟਾਇਰ ਹੋਇਆ, ਔਰ ਉਹਨਾਂ ਸਰਕਾਰਾਂ ਨੇ ਇਹਨੂੰ ਤਰੱਕੀਆਂ ਦਿੱਤੀਆਂ ਜਿਹੜੀਆਂ ਸਰਕਾਰਾਂ ਇਹ ਦਾਅਵਾ ਕਰਦੀਆਂ ਰਹੀਆਂ, ਰੈਲੀਆਂ ਦੇ ਉੱਤੇ ਭਾਸ਼ਣ ਦਿੰਦੀਆਂ ਰਹੀਆਂ ਕਿ ਸਾਨੂੰ ਵੋਟ ਦਿਓ, ਅਸੀਂ ਇਨਸਾਫ ਲਵਾਂਗੇ ਨੌਜਵਾਨਾਂ ਦਾ, ਪਰ ਇਸ SHO ਨੂੰ ਜਿਹੜਾ SP ਤੱਕ ਪਹੁੰਚਾਇਆ, ਹੁਣ ਇਹ SP ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਆ, ਇਹਨੂੰ ਪਟਿਆਲਾ ਜੇਲ੍ਹ 'ਚ ਭੇਜ ਦਿੱਤਾ ਗਿਆ, ਔਰ ਇਸੇ ਦੌਰਾਨ ਜਿਹੜਾ DSP ਅਸ਼ੋਕ ਕੁਮਾਰ, ਜਿਹੜਾ 1992 ਦੇ ਵਿੱਚ DSP ਸੀਗਾ, ਉਹਦੀ ਮੌਤ ਹੋ ਚੁੱਕੀ ਹੈ। ਤੁਸੀਂ ਹਾਲਾਤ ਦੇਖੋ, ਇਹ ਲਗਭਗ ਉੱਦਾਂ ਦਾ ਹੀ ਮਾਮਲਾ ਹੈ ਜਿੱਦਾਂ ਜਥੇਦਾਰ ਕੌਂਕੇ ਵਾਲਾ ਮਾਮਲਾ ਸੀਗਾ ਕਿ ਸੰਨ 97 ਦੇ ਵਿੱਚ ਪਤਾ ਲੱਗ ਗਿਆ ਸੀਗਾ ਪਰ ਸਰਕਾਰਾਂ ਨੇ ਕੁਝ ਨਹੀਂ ਕੀਤਾ। ਇਸੇ ਤਰ੍ਹਾਂ ਹੀ ਇਹ ਬੇਦੋਸ਼ਾ ਬਲਵਿੰਦਰ ਸਿੰਘ, ਜਿਹੜਾ ਆਪਣੇ ਪਿੰਡ ਖੇਤੀਬਾੜੀ ਕਰਦਾ ਸੀਗਾ, ਝਬਾਲ ਦਾ ਹੀ ਰਹਿਣ ਵਾਲਾ ਸੀਗਾ, ਪਰ ਇਹਨੂੰ ਚੁੱਕ ਕੇ ਲੈ ਜਾਂਦੇ ਆ, ਕੋਈ ਕੇਸ ਵੀ ਨਹੀਂ ਦੱਸਦੇ ਵੀ ਇਹਨੇ ਕੀਤਾ ਕੀ ਆ, ਇਹਨੇ ਕੋਈ ਦੇਸ਼ ਵਿਰੋਧੀ ਗਤੀਵਿਧੀਆਂ ਕੀਤੀਆਂ ਨੇ ਜਾਂ ਇਹਨੇ ਇਲਾਕੇ ਦੇ ਵਿੱਚ ਕੋਈ ਜਿਹੜਾ ਜੁਰਮ ਕੀਤਾ, ਕੁਝ ਨਹੀਂ ਦੱਸਦੇ, ਇਹਦਾ ਕਤਲ ਕਰ ਦਿੰਦੇ ਆ, ਤੇ ਪਰਿਵਾਰ ਨੂੰ 32 ਸਾਲ ਲੱਗ ਜਾਂਦੇ ਆ ਇਨਸਾਫ ਲੈਣ ਲੱਗਿਆ, ਤੇ ਪਰ ਆਖਰਕਾਰ ਪਰਿਵਾਰ ਜਿਹੜਾ ਉਹ ਅੱਜ ਖੁਸ਼ੀ ਮਹਿਸੂਸ ਕਰ ਰਿਹਾ, ਘੱਟੋ ਘੱਟ ਉਸ ਅਮਰਜੀਤ ਸਿੰਘ ਨੂੰ ਸਜ਼ਾ ਤਾਂ ਹੋਈ ਜਿਹਨੂੰ 10 ਸਾਲ ਹੋਈ ਹੈ ਕੌਂਸਪਰੈਂਸੀ ਦੇ ਕੇਸ ਵਿੱਚ, ਯਾਨੀ ਕਿ ਸਾਜਿਸ਼ ਘੜਨ ਦੇ ਕੇਸ ਵਿੱਚ, ਤੇ 10 ਸਾਲ ਉਹਨੂੰ ਹੋਏ ਆ ਕਿਸੇ ਨੂੰ ਕਿਡਨੈਪ ਕਰਕੇ ਮਰਡਰ ਕਰਨ ਦੇ ਦੋਸ਼ 'ਚ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।